ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੱਡੀ ਖਬਰ ਖਰੜ ਤੋਂ ਆ ਰਹੀ ਹੈਗੀ ਹੈ, ਜਿੱਥੇ ਸੱਚੇ ਅਧਿਆਪਕ ਜੋ ਪਿਛਲੇ ਲਗਭਗ 170 ਦਿਨਾਂ ਤੋਂ ਮੋਹਾਲੀ ਵਿਖੇ ਆਪਣਾ ਧਰਨਾ ਲਾ ਕੇ ਬੈਠੇ ਨੇ ਪੰਜਾਬ ਸਰਕਾਰ ਦੇ ਵਿਰੁੱਧ, ਅੱਜ ਉਹਨਾਂ ਦੇ ਕੁਝ ਸਾਥੀ ਨੇ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਨੇੜੇ ਟਾਵਰ ਤੇ ਚੜੇ ਹੋਏ ਨੇ, ਉਹਨਾਂ ਵਿੱਚੋਂ ਇੱਕ ਹਰਪ੍ਰੀਤ ਕੌਰ ਜਲੰਧਰ ਨੇ ਗੱਲਬਾਤ ਕਰ ਲੈਂਦੇ ਉਹਨਾਂ ਨਾਲ ਜੋ ਹੁਣ ਇਸ ਵੇਲੇ ਟਾਵਰ ਤੇ ਬੈਠੇ ਨੇ। ਮੈਡਮ, ਤੁਸੀਂ ਕਿੰਨੇ ਜਾਣੇ ਹੋ ਜੀ ਜਿਹੜੇ ਟਾਵਰ ਤੇ ਚੜੇ ਹੋ, ਅੱਜ ਜਿਹੜਾ ਇਹ ਐਕਸ਼ਨ ਕੀਤਾ ਗਿਆ ਇਹਦੇ ਬਾਰੇ ਵੀ ਦੱਸੋ ਜੀ। ਸਰ, ਅਸੀਂ 4 ਜਣੇ ਟਾਵਰ ਤੇ ਚੜੇ ਹੋਏ ਆ। ਸਰਕਾਰਾਂ ਨਾਲ ਬਹੁਤ ਮੀਟਿੰਗਾਂ ਹੋ ਗਈਆਂ ਪਰ ਮੀਟਿੰਗਾਂ ਬੇਸਿੱਟਾ ਨਿਕਲੀਆਂ। ਸਰਕਾਰਾਂ ਨੇ ਸਾਨੂੰ ਲਾਰੇ ਦਿੱਤੇ, ਸਾਨੂੰ 18 ਸਾਲ ਹੋ ਗਏ, 6,000 ਰੁਪਏ ਤਨਖਾਹ 'ਚ ਅਸੀਂ ਕੰਮ ਕਰਦੇ ਪਏ ਆ, 5 ਮਹੀਨੇ ਹੋ ਗਏ ਸਾਨੂੰ ਮੋਹਾਲੀ ਧਰਨਾ ਲਾਏ ਨੂੰ। ਪਹਿਲਾਂ ਕੈਪਟਨ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਤੁਹਾਨੂੰ ਪੱਕੇ ਕਰਾਂਗੇ, ਹੁਣ ਚੰਨੀ ਸਾਹਿਬ ਕਰ ਗਏ। ਚੰਨੀ ਸਾਹਿਬ ਰੋਜ਼ ਹੀ ਕਹਿ ਦਿੰਦੇ ਆ ਮੈਨੂੰ 2 ਦਿਨ ਦਿਓ 2 ਦਿਨ ਦਿਓ, 2 ਦਿਨ 'ਚ ਇਹ ਟਾਈਮ ਟਪਾ ਰਹੇ ਆ। ਸਾਨੂੰ ਅੱਜ ਮਜਬੂਰਨ ਟਾਵਰ ਤੇ ਚੜਨਾ ਪਿਆ, ਮਜਬੂਰਨ ਕੁੜੀਆਂ ਨੂੰ ਚੜਨਾ ਪਿਆ। ਇਹ ਦੇਖੋ ਚੰਨੀ ਦੀ ਸਰਕਾਰ, ਜਿੱਥੇ ਧੀਆਂ ਭੈਣਾਂ ਜਿਹੜੀਆਂ ਰੋਲਦੀਆਂ ਪਈਆਂ ਟਾਵਰਾਂ ਤੇ। ਸਾਡੀ ਇੱਕੋ ਮੰਗ ਆ ਭਾਈ, ਸਾਡਾ 6,000 ਨਾਲ ਗੁਜ਼ਾਰਾ ਨਹੀਂ ਹੁੰਦਾ, ਅਸੀਂ ਮਜ਼ਦੂਰ ਤੋਂ ਵੀ ਘੱਟ ਦਿਹਾੜੀ ਲੈਂਦੇ ਪਏ ਆ। ਜੇ ਸਾਡਾ ਹੱਲ ਨਹੀਂ ਕਰਨਾ ਤਾਂ ਸਾਨੂੰ ਗੋਲੀ ਮਾਰ ਦੋ ਜਾਂ ਅਸੀਂ ਤੋਂ ਛਾਲਾ ਮਾਰ ਦਈਏ। ਸਾਡਾ ਹੱਲ ਕਰੋ ਪੱਕਾ, ਸਾਨੂੰ ਰੋਜ਼ਗਾਰ ਦਿੱਤਾ ਜਾਵੇ, ਸਾਡੀ ਤਨਖਾਹ 'ਚ ਵਾਧਾ ਕੀਤਾ ਜਾਵੇ। ਮੈਮ, ਤੁਸੀਂ ਲੇਡੀ ਟੀਚਰ ਕਿੰਨੇ ਨੇ ਤੇ ਜੈਂਟਸ ਟੀਚਰ ਕਿੰਨੇ ਨੇ ਜੀ? ਅਸੀਂ 2 ਲੇਡੀ ਟੀਚਰ ਆ, 2 ਜੈਂਟਸ ਟੀਚਰ ਆ। ਤੇ ਕਿਸੇ ਨਾਲ ਗੱਲਬਾਤ ਕੋਈ ਹੋਈ ਤੁਹਾਡੀ, ਕੋਈ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨਾਲ ਜਾਂ ਪੁਲਿਸ ਦੇ ਕਿਸੇ ਅਧਿਕਾਰੀ ਨਾਲ ਤੁਹਾਨੂੰ ਰਿਕੁਐਸਟ ਕੀਤੀ ਗਈ ਹੋਵੇ ਥੱਲੇ ਆਉਣ ਦੇ ਲਈ? ਸਰ, ਕਿਸੇ ਨੇ ਅਜੇ ਤੱਕ ਨਾ ਰਿਕੁਐਸਟ ਕੀਤੀ ਆ, ਨਾ ਪ੍ਰਸ਼ਾਸਨ ਨੇ ਕੋਈ ਗੱਲਬਾਤ ਚਲਾਈ ਆ, ਤੇ ਅਸੀਂ ਰਿਕੁਐਸਟ ਤੇ ਆਉਣ ਵਾਲੇ ਨਹੀਂ ਹੈਗੇ। ਜੇ ਮਜਬੂਰਨ ਸਾਨੂੰ ਛਾਲਾਂ ਵੀ ਮਾਰਨੀਆਂ ਪਈਆਂ ਤੇ ਅਸੀਂ ਮਾਰਾਂਗੇ, ਕਿਉਂਕਿ ਅਸੀਂ ਅੱਕੇ ਹੋਏ ਆ ਹੁਣ। ਤੇ ਕਦੋਂ ਤੱਕ ਤੁਸੀਂ ਮੈਕਸੀਮਮ ਵੇਟ ਕਰ ਸਕਦੇ ਹੋ? ਮੰਗ ਤੁਹਾਡੀ ਕੀ ਹੈ ਕਿ ਸੀਐਮ ਖੁਦ ਆ ਕੇ ਤੁਹਾਡੇ ਨਾਲ ਗੱਲਬਾਤ ਕਰਨ, ਆਸ਼ਵਾਸਨ ਦੇਣ, ਜਾਂ ਹੋਰ ਤੁਸੀਂ ਕੀ ਚਾਹੁੰਦੇ ਹੋ? ਕਿੰਨਾ ਟਾਈਮ ਬੈਠੋਗੇ ਇੱਥੇ? ਅਸੀਂ ਇੱਥੇ ਸਮੇਂ ਲਈ ਬੈਠਾਂਗੇ ਜਿੰਦਰ, ਸੀਐਮ ਸਾਹਿਬ ਨਹੀਂ ਆਉਂਦੇ। ਸੀਐਮ ਸਾਹਿਬ ਕਹਿ ਦਿੰਦੇ ਆ ਅਸੀਂ ਗਰੀਬਾਂ ਦੇ ਮਸੀਹਾ। ਤੇ ਇਹ ਤੁਸੀਂ ਇਹ ਵੀ ਦੱਸੋ, ਜਿਹੜਾ ਪਿਛਲੇ ਦਿਨੀ ਜਿਹੜਾ ਨੋਟੀਫਿਕੇਸ਼ਨ ਹਾਲਾਂਕਿ ਹੋ ਗਿਆ ਸੀ, ਤੁਸੀਂ ਕਾਫੀ ਸਵਾਗਤ ਕੀਤਾ ਸੀ ਫੈਸਲੇ, ਜਿਹੜੀ ਪ੍ਰੀਖਿਆ ਹੋਣੀ ਸੀਗੀ ਜਿਹੜੀ ਉਹਦੇ, ਉਹ ਹੁਣ ਉਹ ਗੱਲ ਕਿੱਥੇ ਜੇ ਆ, ਹੁਣ ਉਹਦਾ ਕੀ ਚੱਕਰ ਪੈ ਰਿਹਾ? ਪਰ ਉਸ ਭਰਤੀ ਤੇ ਵੀ ਸਟੇ ਲੱਗ ਗਿਆ, ਸਰਕਾਰ ਦੀ ਨੀਤੀ ਨਹੀਂ ਸੀ ਦੇਣ ਦੀ, ਤਾਂ ਕਰਕੇ ਸਰਕਾਰਾਂ ਨੇ ਜਿਹੜਾ ਕੰਮ ਜਿਹੜੇ ਆ ਕਿ ਐਵੇਂ ਕੀਤੇ। ਅਸੀਂ ਇਹ ਮੰਗ ਕਰਦੇ ਹਾਂ ਤੁਹਾਡੀ ਤਨਖਾਹ 'ਚ ਵਾਧਾ ਕੀਤਾ ਜਾਵੇ, ਪਰ ਸਰਕਾਰਾਂ ਉਹ ਵੀ ਨਹੀਂ ਕਰਦੀਆਂ। ਸੋ ਜਿਹੜੀ 83-93 ਪੋਸਟਾਂ ਦੇ ਲਈ ਪ੍ਰੀਖਿਆ ਹੋਣੀ ਸੀ ਉਹ ਫਿਲਹਾਲ ਰੋਕ ਲਈ ਗਈ, ਜਿਹਦੇ ਕਰਕੇ ਤੁਹਾਡਾ ਮੇਨ ਜਿਹੜਾ ਰੋਸ ਹੈਗਾ ਸਰਕਾਰ ਦੇ ਨਾਲ। ਤੇ ਜਿਹੜੇ ਹੁਣ ਤੁਸੀਂ ਜਿਵੇਂ ਪਹਿਲਾਂ ਹੀ ਤੁਹਾਨੂੰ ਲੱਗ ਰਿਹਾ ਸੀਗਾ ਕੱਚੇ ਅਧਿਆਪਕਾਂ ਨਾਲ ਗੱਲ ਜਦੋਂ ਵੀ ਗੱਲ ਹੋਈ ਸੀਗੀ, ਇੱਕ ਮਿੰਟ ਤੁਹਾਡੀ ਇੱਕ ਗੱਲ ਰੋਕਦਾ, ਸ਼ਾਇਦ ਸਰਕਾਰਾਂ ਨੂੰ ਲੱਗਦਾ ਇਹ ਟਾਵਰਾਂ ਤੇ ਚੜ ਜਾਂਦੇ, ਇਹ ਟੈਂਕੀਆਂ ਤੇ ਚੜ ਜਾਂਦੇ, ਸ਼ਾਇਦ ਇਹ ਉੱਤਰ ਜਾਣਗੇ। ਸਰਕਾਰ ਦਾ ਇੱਕ ਭੁਲੇਖਾ ਕੱਢ ਦਈਏ, 2015 'ਚ ਨਹਿਰ 'ਚ ਛਾਲ ਮਾਰੀ ਸੀ, ਬਿਨਾਂ ਚੇਤਾਵਨੀ ਦਿੱਤਿਆਂ ਮਾਰੀ ਸੀ। ਅੱਜ ਵੀ ਕੋਈ ਚੇਤਾਵਨੀ ਨਹੀਂ ਦੇਵਾਂਗੇ ਬਿਨਾਂ ਦੱਸਿਆਂ ਮਾਰਾਂਗੇ, ਕਿਉਂਕਿ ਚੇਤਾਵਨੀਆਂ ਨਹੀਂ ਅਸੀਂ ਦਿੰਦੇ, ਨਾ ਉਦੋਂ ਦਿੱਤੀ ਸੀ ਨਾ ਅੱਜ ਦੇਵਾਂਗੇ। ਮੈਮ, ਮੁੱਖ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜਿਹੜੇ ਇਸ ਤਰੀਕੇ ਦੇ ਐਕਸ਼ਨ ਕਰ ਰਹੇ ਨੇ ਟਾਵਰਾਂ ਤੇ ਚੜਦੇ ਨੇ ਜਾਂ ਕੁਝ ਵੀ, ਉਹਨਾਂ ਤੇ ਸਖਤ ਕਾਰਵਾਈ ਵੀ ਕੀਤੀ ਜਾਊਗੀ। ਸੋ ਉਹਦੇ ਤੇ ਤੁਸੀਂ ਕੀ ਕਹੋਗੇ? ਸਰ, ਅਸੀਂ ਇਹ ਕਹਿੰਦੇ ਆ ਵੀ ਸਾਡੇ ਤੇ ਸਖਤ ਕਾਰਵਾਈ ਤੋਂ ਪਹਿਲਾਂ ਇਹਨਾਂ ਨੇ ਮੰਤਰੀਆਂ ਤੇ ਕਾਰਵਾਈਆਂ ਕੀਤੀਆਂ ਜਾਣੇ। ਵੋਟਾਂ ਵਟੋਲਣ ਦੇ ਚੱਕਰ 'ਚ ਸਾਨੂੰ ਲਾਰੇ ਦੇ ਕੇ ਜਾਂਦੇ, ਸਾਡੇ ਤੋਂ ਵੋਟਾਂ ਲੈਂਦੇ, ਲਾਰੇ ਦੇ ਕੇ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਫਿਰ ਲਾਰੇ ਕੇ ਦਿੰਦੇ। ਪਾਓ ਇਹਨਾਂ ਤੇ 420 ਦਾ ਪਰਚਾ, ਕਰੋ ਇਹਨਾਂ ਨੂੰ ਅੰਦਰ, ਉਸ ਤੋਂ ਬਾਅਦ ਅਧਿਆਪਕਾਂ ਨੂੰ ਕੀਤਾ ਜਾਵੇ। ਪਹਿਲਾਂ ਮੰਤਰੀਆਂ ਨੂੰ ਕੀਤਾ ਜਾਵੇ ਜਿਹੜੇ ਖਰੇ ਨਹੀਂ ਉਤਰੇ ਸਾਡੀਆਂ ਮੰਗਾਂ ਤੇ। ਜੀ ਜੀ, ਤੇ ਮੌਕੇ ਦਾ ਤੁਸੀਂ ਹਾਲ ਦੱਸੋਗੇ ਜੀ? ਇਸ ਵੇਲੇ ਤੁਹਾਡੇ ਹੋਰ ਜਿਹੜੇ ਸਾਥੀ ਥੱਲੇ ਖੜੇ ਨੇ ਕੱਚੇ ਅਧਿਆਪਕ ਯੂਨੀਅਨ ਦੇ, ਉਹ ਕਿੰਨੇ ਕੁ ਲੋਕ ਨੇ ਜਿਹੜੇ ਇੱਥੇ ਇਕੱਠੇ ਹੋਏ ਨੇ? ਕਾਫੀ ਸਾਥੀ ਆ ਰਹੇ ਆ ਜੀ, ਉੱਪਰੋਂ ਕੁਝ ਸਾਨੂੰ ਪਤਾ ਨਹੀਂ ਲੱਗਦਾ ਪਿਆ, ਅਸੀਂ ਟਾਵਰ ਦੇ ਉੱਤੇ ਸਾਡੇ ਸਾਥੀ ਕਾਫੀ ਇੱਥੇ ਇਕੱਠੇ ਹੋ ਰਹੇ ਆ ਸੜਕ ਤੇ।